ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 10ਵੀਂ 1 ਜੁਲਾਈ 2020 ਜੋ ਕੰਮ ਆਇਆ ਹਿੰਦੀ ਡੋਜ਼ ਦਾ ਉਹ ਕਰਾਂਗੇ ਅੱਜ ਦਾ ਕੰਮ ਇਤਿਹਾਸ ਵਿਸ਼ਾ ਪਾਠ ਨੰਬਰ 2 ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਜੇਕਰ ਅਸੀਂ ਪਿਛੋਕਰ ਦੇਖੀਏ ਜੇਕਰ ਅਸੀਂ ਪਿਛੋਕਰ ਦੇਖੀਏ ਇਸ ਪਾਠ ਦੇ ਉੱਤੇ ਮੈਂਨੇ ਪੂਰੀ ਦੀ ਪੂਰੀ ਪੂਰੇ ਪਾਠ ਉਤੇ ਤਿੰਨ ਭਾਗਾਂ ਦੇ ਵਿੱਚ ਵੀਡੀਓ ਪਾਈ ਹੋਈ ਹੈ ਜਿਸ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਜਿੰਨਾ ਵਿਦਿਆਰਥੀਆਂ ਨੇ ਇਸ ਪਾਠ ਬਾਰੇ ਪੂਰੀ ਜਾਣਕਾਰੀ ਲੈਣੀ ਹੈ ਪੂਰੀ ਡਿਟੇਲ ਦੇ ਵਿੱਚ ਤਾਂ ਉਸ ਦੇ ਭਾਗ 1 ਭਾਗ ਨੰਬਰ 2 ਅਤੇ ਭਾਗ ਨੰਬਰ 3 ਉਹ ਉਸ ਦੇ ਉਸ ਉਹਨਾਂ ਲਿੰਕਾਂ ਤੇ ਜਾ ਕੇ ਉਹ ਵੀਡੀਓ ਚੰਗੀ ਤਰ੍ਹਾਂ ਹੋਰ ਚੰਗੀ ਤਰ੍ਹਾਂ ਵੀ ਦੇਖ ਸਕਦੇ ਹਨ ਜੇਕਰ ਅਸੀਂ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਤਾਂ ਉਹਨਾਂ ਦਾ ਜਨਮ 15 ਅਪ੍ਰੈਲ 1469 ਇਸਵੀ ਨੂੰ ਰਾਏਪੋਇ ਦੀ ਤਲਵੰਡੀ ਪਾਕਿਸਤਾਨ ਵਿੱਚ ਹੋਇਆ ਸੀ ਗੁਰੂ ਨਾਨਕ ਦੇਵ ਜੀ ਤੋਂ ਦੇ ਜਨਮ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਬਹੁਤ ਹੀ ਖਰਾਬ ਹੋ ਚੁੱਕੀ ਸੀ ਕਿਉਂਕਿ ਉਸ ਸਮੇਂ ਲੋਦੀ ਵੰਸ਼ ਦਾ ਸ਼ਾਸਨ ਸੀ ਪਰ ਉਹਨਾਂ ਦੀ ਆਪਣੇ ਸ਼ਾਸਨ ਦੇ ਉੱਤੇ ਪਕੜ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਰਹੀ ਸੀ ਕਿਉਂਕਿ ਲੋਦੀ ਵੰਸ਼ ਤਾਂ ਅਦਰੂਨੀ ਤੌਰ ਤੇ ਆ ਘਰੇਲੂ ਬਗਾਵਤਾਂ ਦਾ ਹੀ ਭਰਿਆ ਪਿਆ ਸੀ ਜਿਵੇਂ ਕਿ ਤਤਾਰ ਖਾਨ ਨੇ ਬਹਿਲੋ ਲੋਦੀ ਸਮੇਂ ਬਗਾਵਤ ਕੀਤੀ ਸੀ ਇਬਰਾਹਿਮ ਲੋਦੀ ਦੇ ਸਮੇਂ ਦੌਲਤ ਖਾਨ ਲੋਦੀ ਆਲਮ ਖਾਨ ਲੋਦੀ ਵਗੈਰਾ ਨੇ ਅਦਰੂਨੀ ਲੋਧੀ ਵੰਸ਼ ਨੂੰ ਅਦਰੂਨੀ ਤੌਰ ਤੇ ਬਹੁਤ ਜ਼ਿਆਦਾ ਉਸ ਦੀ ਹਾਲਤ ਪਤਲੀ ਕੀਤੀ ਸੀ ਕੀ ਕਰ ਅਸੀਂ ਗੱਲ ਕਰੀਏ ਇਸ ਵੀਡੀਓ ਰਾਹੀਂ ਤਾਂ ਬਹਿ ਲੋਲਖਾਨ ਲੋਧੀ 1452 ਇਸਵੀ ਤੋਂ ਲੈ ਕੇ 1499 ਇਸਵੀ ਤੱਕ ਦਿੱਲੀ ਦੇ ਤਖਤ ਤੇ ਬਿਰਾਜਮਾਨ ਰਹਾ ਦਿੱਲੀ ਦੇ ਤਖਤ ਤੇ ਬਿਰਾਜਮਾਨ ਰਹਾ ਉਸ ਨੇ ਤਤਾਰਖਾਨ ਨੂੰ ਪੰਜਾਬ ਅਤੇ ਨizam ਖਾਨ ਨੂੰ ਸਰਹੰਦ ਦਾ ਸੁਬੇਦਾਰ ਬਣਾਇਆ ਕਿਉਂਕਿ ਦਿੱਲੀ ਸਲਤਨਤ ਦਿੱਲੀ ਸਲਤਨਤ ਦੇ ਵਿੱਚ ਪਹਿਲਾ ਗੁਲਾਮ ਵੰਸ਼ ਜਿਸ ਦੀ ਨੀ ਕੁਤਬ الدین ਐਬਕ ਨੇ ਰੱਖੀ ਸੀ ਉਸ ਤੋਂ ਬਾਅਦ ਖਲਜੀ ਵੰਸ਼ ਫਿਰ ਉਸ ਤੋਂ ਬਾਅਦ ਤੁਗਲਕ ਵੰਸ਼ ਫਿਰ ਸੈयद ਵੰਸ਼ ਅਤੇ ਆਖਰੀ ਵੰਸ਼ ਜਿਹੜਾ ਲੋਧੀ ਵੰਸ਼ ਲੋਧੀ ਵੰਸ਼ ਦੀ ਸਥਾਪਨਾ ਬਹਿਲੋਲ ਖਾਨ ਲੋਧੀ ਨੇ 1451 ਈਸਵੀ ਦੇ ਵਿੱਚ ਰੱਖੀ ਸੀ ਜਿਸ ਨੇ 1499 ਇਸਵੀ ਤੱਕ ਰਾਜ ਕੀਤਾ ਤਾਂ ਜਦੋਂ ਉਹ ਦਿੱਲੀ ਦਾ ਸੁਲਤਾਨ ਬਣਿਆ ਤਾਂ ਉਸ ਨੇ ਤਤਾਰ ਖਾਨ ਨੂੰ ਪੰਜਾਬ ਦਾ ਅਤੇ ਨizam ਖਾਨ ਨizam ਖਾਨ ਸਕੰਦਰ ਲੋਧੀ ਦਾ ਹੀ ਨਾਮ ਹੈ ਨੂੰ ਸਰਹੰਦ ਦਾ ਸੂਬੇਦਾਰ ਬਣਾਇਆ ਸਕੰਦਰ ਲੋਧੀ ਬਹਿਲੋਲ ਖਾਨ ਲੋਧੀ ਦਾ ਪੁੱਤਰ ਸੀ ਸਕੰਦਰ ਲੋਧੀ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ਜੇਕਰ ਕੁਐਸਚਨ ਆ ਜਾਏ ਕਿ ਲੋਧੀ ਵੰਸ਼ ਦੀ ਨੀ ਕਿਸ ਨੇ ਰੱਖੀ ਤਾਂ ਬਹਿਲੋਲ ਖਾਨ ਲੋਧੀ ਨੇ ਜੇਕਰ ਕੋਸ਼ਿਸ਼ ਆ ਜੇ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ ਉਹ ਸੀਗਾ ਸਕੰਦਰ ਲੋਧੀ ਜਿਸ ਨੇ ਸਕੰਦਰ ਲੋਧੀ ਨੇ 1499 ਤੋਂ ਲੈ ਕੇ 1489 ਤੋਂ ਲੈ ਕੇ 1517 1517 ਤੱਕ ਰਾਜ ਕੀਤਾ ਸੀ ਉਸ ਨੇ ਤਤਾਰ ਖਾਨ ਨੂੰ ਹਰਾ ਕੇ ਪੰਜਾਬ ਵਿੱਚ ਮੁਰ ਲੋਦੀ ਰਾਜ ਸਥਾਪਿਤ ਕੀਤਾ ਬਹਿਲੋਲ ਖਾਨ ਲੋਦੀ ਦੇ ਸਮੇਂ ਬਹਿਲੋਲ ਖਾਨ ਲੋਦੀ ਦੇ ਸਮੇਂ ਮਲਤਾਨ ਮਲਤਾਨ ਸੁਤੰਤਰ ਹੋ ਚੁੱਕਿਆ ਸੀ ਤਾਂ ਮਲਤਾਨ ਦੀ ਸੁਤੰਤਰਤਾ ਤੋਂ ਪ੍ਰਭਾਵਿਤ ਹੋ ਕੇ ਤਤਾਰ ਖਾਨ ਨੇ ਵੀ ਆਪਣੇ ਆਪ ਨੂੰ ਦਿੱਲੀ ਰਾਜ ਨਾਲੋਂ ਤੋੜ ਕੇ ਪੰਜਾਬ ਦੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ ਤਾਂ ਜਦੋਂ ਬਹਿਲੋਲ ਖਾਨ ਲੋਦੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਬਹਿਲੋਲ ਖਾਨ ਲੋਦੀ ਨੇ ਨizam khan ਭਾਬ ਸਕੰਦਰ ਲੋਧੀ ਨੂੰ ਤਤਾਰ ਖਾਨ ਨੂੰ ਸੋਧਣ ਦੇ ਲਈ ਭੇਜਿਆ ਤਾਂ ਸਕੰਦਰ ਲੋਧੀ ਨੇ ਨizam khan ਨੇ ਤਤਾਰ ਖਾਨ ਨੂੰ ਹਰਾ ਦਿੱਤਾ ਤੇ ਪੰਜਾਬ ਉੱਤੇ ਮੁੜ ਲੋਧੀ ਵੰਸ਼ ਦਾ ਰਾਜ ਸਥਾਪਿਤ ਕਰ ਲਿਆ ਸੀ ਜੋ ਸਕੰਦਰ ਲੋਧੀ ਸੀ ਉਹ ਕਟੜ ਮੁਸਲਮਾਨ ਮੁਸਲਮਾਨ ਬਾਦਸ਼ਾਹ ਸੀ ਉਹ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ ਅਤੇ ਉਹਨਾਂ ਦੇ ਮੰਦਰਾਂ ਨੂੰ ਤੋੜਨਾ ਉਸ ਦਾ ਸ਼ੌਂਕ ਸੀ ਜੋ ਸਕੰਦਰ ਲੋਧੀ ਸੀ ਸਕੰਦਰ ਲੋਧੀ ਸਕੰਦਰ ਲੋਧੀ ਦੀ ਧਾਰਮਿਕ ਜੋ ਧਾਰਮਿਕ ਨੀਤੀ ਸੀ ਉਹ ਸਿਰਫ ਮੁਸਲਮਾਨਾਂ ਦੇ ਲਈ ਵਧੀਆ ਸੀ ਪਰ ਹਿੰਦੂਆਂ ਨੂੰ ਤਾਂ ਉਹ ਨਫ਼ਰਤ ਕਰਦਾ ਸੀ ਹਿੰਦੂਆਂ ਦੇ ਮੰਦਰਾਂ ਨੂੰ ਤਾਂ ਤੋੜਨਾ ਉਹ ਆਪਣੇ ਆਪ ਦਾ ਇੱਕ ਸ਼ੁਗਲ ਸਮਝਦਾ ਸੀ ਸਰਦਾਰਾਂ ਤੇ ਜ਼ਗੀਰਦਾਰਾਂ ਨੂੰ ਕਾਬੂ ਰੱਖਣ ਲਈ ਉਸ ਨੇ ਸਾਰਾ ਰਾਜ ਪ੍ਰਬੰਧ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈ ਲਿਆ ਉਸਨੇ ਦੌਲਤ ਖਾਨ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਪਹਿਲਾਂ ਬਹਿਨੋਲ ਖਾਨ ਲੋਧੀ ਨੇ ਦੌਲਤ ਖਾਨ ਦੇ ਪਿਤਾ ਤਤਾਰ ਖਾਨ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ ਤਾਂ ਹੁਣ ਸਕੰਦਰ ਲੋਧੀ ਨੇ ਤਤਾਰ ਖਾਨ ਦੇ ਪੁੱਤਰ ਦੌਲਤ ਖਾਨ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਦੌਲਤ ਖਾਨ ਲੋਧੀ ਦੇ ਰਾਜ ਦੀਆਂ ਹੱਦਾਂ ਦੌਲਤ ਖਾਨ ਲੋਧੀ ਦੇ ਰਾਜ ਦੀਆਂ ਹੱਦਾਂ ਪੇਰਾ ਤੋਂ ਲੈ ਕੇ ਸਰਹੰਦ ਤੱਕ ਸੀ ਲੋਧੀ ਵੰਸ਼ ਦੀਆਂ ਜੋ ਹਦਾਂ ਸੀ ਉਹ ਪੇਰਾ ਤੋਂ ਲੈ ਕੇ ਸਰਹੰਦ ਤੱਕ ਸੀ ਦੀਪਾਲਪੁਰ ਦੀਪਾਲਪੁਰ ਪੰਜਾਬ ਦਾ ਉਪ ਪ੍ਰਾਂਤ ਸੀ ਕਹਿਨੂ ਪ੍ਰਾਂਤ ਸੀ ਪਰ ਨਾ ਮਾਤਰ ਦਾ ਸੀ ਉਪ ਪ੍ਰਾਂਤ ਸੀ ਪੂਰਾ ਪ੍ਰਾਂਤ ਨਹੀਂ ਸੀ ਦਵਾਬਾ ਚੱਜ ਵਿੱਚ ਗਖੜਾਂ ਦੀ ਚੜ੍ਹਤ ਸੀ ਗਖੜ ਇੱਕ ਜਾਤੀ ਹੋਈ ਆ ਦਵਾਬਾ ਚੱਜ ਚੱਜ ਹੋ ਗਿਆ ਚਨਾਬ ਅਤੇ ਜਿਹਲਮ ਜੇ ਅਸੀਂ ਗੱਲ ਕਰੀਏ ਦਬਾਬਾ ਦਬਾਬਾ ਹੁੰਦਾ ਦੋ ਅਤੇ ਆਬ ਦੋ ਆਬ ਹੁੰਦਾ ਪਾਣੀ ਦੋ ਪਾਣੀ ਪਾਣੀਆਂ ਦੇ ਵਿਚਕਾਰ ਦੀ ਧਰਤੀ ਦੋ ਦਰਿਆਵਾਂ ਦੇ ਵਿਚਕਾਰ ਦੀ ਧਰਤੀ ਜੋ ਦਬਾਬਾ ਸ਼ਬਦ ਦਬਾਬਾ ਸ਼ਬਦ ਅਸੀਂ ਪਾਠ ਨੰਬਰ 1 ਰਾਹੀਂ ਪੜ੍ਹਿਆ ਸੀ ਕਿ ਦਬਾਬਾ ਸ਼ਬਦ ਮੁਗਲ ਬਾਦਸ਼ਾ ਅਕਬਰ ਦੇ ਸਮੇਂ ਸ਼ੁਰੂ ਹੋਇਆ ਸੀ ਜੋ ਅੱਗੇ ਜਾ ਕੇ ਅੱਗੇ ਜਾ ਕੇ ਮੁਗਲ ਮੁਗਲ ਵੰਸ਼ ਦੀ ਨੀਂਹ ਰੱਖੀ ਜਾਏ ਰੱਖੂਗਾ ਬਾਬਰ ਉਸ ਤੋਂ ਅੱਗੇ ਅਕਬਰ ਆਵੇਗਾ ਉਸ ਦੇ ਸਮੇਂ ਜਾ ਕੇ ਦਵਾਬਾ ਸ਼ਬਦ ਪ੍ਰਚਲਿਤ ਹੋਇਆ ਸੀ ਸਕੰਦਰ ਲੋਧੀ ਸਮੇਂ ਪੰਜਾਬ ਵਿੱਚ ਲੋਧੀ ਸਮਰਾਜ ਨਾਂ ਦੇ ਹੀ ਬਰਾਬਰ ਸੀ ਪਹਿਲਾ ਕੁਐਸਚਨ ਬਹਿਲੋਲ ਖਾਂ ਲੋਧੀ ਨੇ ਭਾਰਤ ਤੇ ਕਿੰਨਾ ਸਮਾਂ ਰਾਜ ਕੀਤਾ ਬਹਿਲੋਲ ਖਾਂ ਲੋਧੀ ਨੇ 1451 ਈਸਵੀ ਤੋਂ ਲੈ ਕੇ 1499 ਈਸਵੀ ਤੱਕ ਰਾਜ ਕੀਤਾ ਸੀ ਤਤਾਰ ਅੱਗੇ ਤਤਾਰ ਖਾਨ ਨੂੰ ਕਿਸ ਨੇ ਹਰਾਇਆ ਤਤਾਰ ਖਾਨ ਨੂੰ ਸਕੰਦਰ ਲੋਧੀ ਨੇ ਹਰਾਇਆ ਸੀ ਤਤਾਰ ਖਾਨ ਨੂੰ ਸਕੰਦਰ ਲੋਧੀ ਨੇ ਹਰਾਇਆ ਸੀ ਸਰਦਾਰਾਂ ਅਤੇ ਜ਼ਗੀਰਦਾਰਾਂ ਨੂੰ ਕਾਬੂ ਰੱਖਣ ਲਈ ਬਹਿਲੋਲ ਖਾਨ ਨੇ ਕੀ ਕੀਤਾ ਸਰਦਾਰਾਂ ਅਤੇ ਜ਼ਗੀਰਦਾਰਾਂ ਨੂੰ ਕਾਬੂ ਰੱਖਣ ਲਈ ਸਾਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਸਾਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਇਸ ਦਾ ਕੁਐਸਚਨ ਇਹ ਬਣਦਾ ਬਹਿਲੋਲ ਖਾਨ ਲੋਧੀ ਨਹੀਂ ਜੋ ਕੁਐਸਚਨ ਹੈ ਕੁਐਸਚਨ ਬਣੇਗਾ ਸਰਦਾਰਾਂ ਅਤੇ ਜਗੀਰਦਾਰਾਂ ਨੂੰ ਕਾਬੂ ਰੱਖਣ ਲਈ ਸਿਕੰਦਰ ਸਿਕੰਦਰ ਖਾਨ ਲੋਧੀ ਨੇ ਸਿਕੰਦਰ ਖਾਨ ਲੋਧੀ ਨੇ ਕੀ ਕੀਤਾ ਕੁਐਸਚਨ ਇਹਦਾ ਇਹ ਆ ਸਰਦਾਰਾਂ ਅਤੇ ਜਗੀਰਦਾਰਾਂ ਨੂੰ ਕਾਬੂ ਰੱਖਣ ਲਈ ਸਿਕੰਦਰ ਖਾਨ ਲੋਧੀ ਨੇ ਕੀ ਕੀਤਾ ਤਾਂ ਉਸਨੇ ਸਿਕੰਦਰ ਖਾਨ ਲੋਧੀ ਨੇ ਸਰਦਾਰਾਂ ਅਤੇ ਜਗੀਰਦਾਰਾਂ ਨੂੰ ਕਾਬੂ ਰੱਖਣ ਲਈ ਸਾਰਾ ਰਾਜ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਫਿਰ ਆਪਸ ਆ ਗਿਆਂ ਖਾਲੀ ਥਾਂ ਡੈਸ਼ ਕੱਟੜ ਮੁਸਲਮਾਨ ਮੁਸਲਮਾਨ ਸਾਖਸੀ ਸਕੰਦਰ ਲੋਧੀ ਲੋਧੀ ਵੰਸ਼ ਦਾ ਪ੍ਰਸਿੱਧ ਰਾਜਾ ਵੀ ਸਕੰਦਰ ਲੋਧੀ ਹੀ ਸੀ ਦਿਪਾਲਪੁਰ ਪੰਜਾਬ ਦਾ ਰਾਜ ਸੀ ਰਾਜ ਨਾ ਮਾਤਰ ਸੀਗਾ ਤਾਂ ਅਸੀਂ ਇਸ ਨੂੰ ਗਲਤ ਕਹਾਂਗੇ ਕਿਉਂਕਿ ਉਹ ਉਪ ਪ੍ਰਾਂਤ ਸੀਗਾ ਪੂਰਾ ਪ੍ਰਾਂਤ ਨਹੀਂ ਸੀ ਛੋਟਾ ਜਿਹਾ ਹਿੱਸਾ ਪੰਜਾਬ ਦੇ ਹਿੱਸੇ ਵਿੱਚ ਸੀਗਾ ਜਿਆਦਾ ਨਹੀਂ ਤਾਂ ਸਕੰਦਰ ਲੋਧੀ ਤਰਮੰਦਰ ਪੱਖ ਰਾਜਾ ਨਹੀਂ ਸੀ ਸਕੰਦਰ ਲੋਧੀ ਧਰਮ ਨਿਰਪੱਖ ਰਾਜਾ ਨਹੀਂ ਸੀ ਇਹ ਸਹੀ ਹੈ ਕਿਉਂਕਿ ਉਸ ਦੀ ਜੋ ਧਰਮ ਨਿਰਪੱਖਤਾ ਸੀ ਉਹ ਸਿਰਫ ਮੁਸਲਮਾਨਾਂ ਦੇ ਲਈ ਸੀ ਨਾ ਕਿ ਹਿੰਦੂਆਂ ਦੇ ਲਈ ਹਿੰਦੂਆਂ ਨੂੰ ਤਾਂ ਉਹ ਨਫ਼ਰਤ ਕਰਦਾ ਸੀ ਇਸ ਲਈ ਇਹ ਗਲਤ ਆਵੇਗਾ ਅੱਜ ਦੀ ਅਸੀਂ ਇਸ ਵੀਡੀਓ ਰਾਹੀਂ ਪਾਠ ਨੰਬਰ 2 1 ਜੁਲਾਈ 2020 ਦਾ ਜੋ ਕੰਮ ਹੈ ਦਿੱਲੀ ਡੋਜ਼ ਦਾ ਉਹ ਕੀਤਾ ਹੈ ਤਾਂ ਤਾ ਜੋ ਜਿੰਨਾ ਵਿਦਿਆਰਥੀਆਂ ਨੇ ਇਸ ਪਾਠ ਦੀ ਇਸ ਪਾਠ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੜ੍ਹਨਾ ਹੈ ਚੰਗੀ ਤਰ੍ਹਾਂ ਸੁਣਨਾ ਹੈ ਉਹ ਮੈਂ ਇਸ ਪਾਠ ਦੀਆਂ ਤਿੰਨ ਭਾਗਾਂ ਦੇ ਵਿੱਚ ਪੂਰੀ ਦੀ ਪੂਰੀ ਵੀਡੀਓ ਬਣਾਈ ਹੋਈ ਹੈ ਤਾਂ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖਣ ਤਾਂ ਜੋ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਧੰਨਵਾਦ